ਅਮਰੀਕਾ ਦੇ ਸ਼ਹਿਰ ਸਲੋਨ ਦੀ ਜੇਲ੍ਹ ਵਿੱਚ ਫਸੇ ਸਿੱਖ ਕੈਦੀ ਦੀ ਮਦਦ ਕੀਤੀ ਜਾਵੇ। ਐਜੀਪੀਸੀ ਅਮਰੀਕਾ ਦੇ ਸ਼ਹਿਰ ਵਿੱਚ ਬਹੁਤ ਸਾਰੇ ਸਿੱਖ ਕੈਦੀ ਫਸੇ ਹੋਏ ਹਨ ਜਿਨ੍ਹਾਂ ਨੂੰ ਛਡਾਉਣ ਦੇ ਲਈ ਉਹਨਾਂ ਦੀ ਮਦਦ ਕਰਨ ਦੇ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਮੌਕੇ 'ਤੇ ਐਜੀਪੀਸੀ ਅਧਿਕਾਰੀ ਦਲਜੀਤ ਸਿੰਘ ਬੇਦੀ ਨੇ ਕਿਹਾ ਅਮਰੀਕਾ ਦੇ ਓਰੇਗਾਓਂ ਕਸਬੇ ਦੀ ਜੇਲ੍ਹ 'ਚ ਜਿਹੜਾ ਹੈ ਬਹੁਤ ਸਾਰੇ ਭਾਰਤੀ ਕੈਦ ਕੀਤੇ ਗਏ ਨੇ ਔਰ ਉਹਨਾਂ ਦੇ ਬਹੁਤ ਸਾਰੇ ਬਹੁ ਗਿਣਤੀ ਦੇ ਵਿੱਚ ਸਿੱਖ ਲੋਕ ਨੇ ਔਰ ਇਹਨਾਂ 'ਤੇ ਇੱਕ ਵੱਖਰੀ ਕਿਸਮ ਦਾ ਜਿਹੜਾ ਨਾ ਉਹਨਾਂ ਨਾਲ ਸਲੂਕ ਕੀਤਾ ਜਾ ਰਿਹਾ, ਅਣਮਨੁੱਖੀ ਤਸ਼ੱਦਦ ਉਹਨਾਂ 'ਤੇ ਢਾਇਆ ਜਾ ਰਿਹਾ, ਲਗਾਤਾਰ ਉਹਨਾਂ 'ਤੇ ਹੱਥ ਘੜੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਔਰ 22-22 23-23 ਘੰਟੇ ਜਿਹੜੀਆਂ ਨੇ ਉਹਨਾਂ ਦੀਆਂ ਹੱਥ ਘੜੀਆਂ ਚ ਉਹਨਾਂ ਨੂੰ ਆਪਣਾ ਜੀਵਨ ਬਸਰ ਕਰਨਾ ਪੈ ਰਿਹਾ ਔਰ ਇਸ ਤਰ੍ਹਾਂ ਦੀ ਔਖਿਆਈ ਦੇ ਵਿੱਚ ਉਹ ਲੋਕ ਘਿਰੇ ਹੋਏ ਨੇ ਕਿ ਉਹਨਾਂ ਦੇ ਲਾਗੇ ਛਾਗੇ ਵੀ ਕੋਈ ਉਹਨਾਂ ਦੀ ਦਾਦ ਫਰਿਆਦ ਸੁਣਨ ਵਾਲਾ ਕੋਈ ਨਹੀਂ ਹੈ ਔਰ ਉੱਥੋਂ ਦੀਆਂ ਜਿੰਨੀਆਂ ਅਮਰੀਕਾ ਦੀਆਂ ਸਿੱਖ ਸੁਸਾਇਟੀਆਂ ਨੇ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉੱਥੋਂ ਦੇ ਹਮਦਰਦ ਸਿੱਖ ਲੋਕ ਨੇ, ਸਾਡੀ ਉਹਨਾਂ ਨੂੰ ਅਪੀਲ ਹੈ ਕਿ ਉਹ ਇਹਨਾਂ ਲੋਕਾਂ ਦੀ ਦਾ ਸਹਾਰਾ ਬਣਨ, ਇਹਨਾਂ ਦੀ ਬਾਂਹ ਫੜਨ, ਇਹਨਾਂ ਦੀ ਕਾਨੂੰਨੀ ਮਦਦ ਵੀ ਕਰਨ, ਜੋ ਉਹਨਾਂ ਦਾ ਹੋ ਸਕਦਾ ਹੈ ਉਹਨਾਂ ਦਾ ਉਹਨਾਂ ਨਾਲ ਸਹਿਯੋਗ ਕਰਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮਤਲਬ ਆਪਣੇ ਤੌਰ 'ਤੇ ਭਾਰਤ ਦੇ ਵਿਦੇਸ਼ ਮੰਤਰੀ ਔਰ ਇੱਥੇ ਸਥਿਤ ਦੂਤਾਘਰ ਨੂੰ ਵੀ ਅਮਰੀਕਾ ਦੇ ਨੂੰ ਉਹਨਾਂ ਨਾਲ ਸੰਪਰਕ ਵੀ ਸਾਧੇਗੀ ਔਰ ਉਹਨਾਂ ਦੀਆਂ ਇਹ ਮੁਸ਼ਕਲਾਂ ਵੀ ਸਾਹਮਣੇ ਰੱਖੇਗੀ।